ਹਰਿਆਣਾ ਦੇ ਇੱਕ ਪਿੰਡ 'ਚ ਔਰਤ ਦਾ ਉਸਦੇ ਪਤੀ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਉਸਦਾ ਜੀਜਾ ਸ਼ਰਾਬ ਪੀ ਕੇ ਉਸਦੀ ਭੈਣ ਨਾਲ ਹਮੇਸ਼ਾ ਕੁੱਟਮਾਰ ਕਰਦਾ ਰਹਿੰਦਾ ਸੀ ਅਤੇ ਬੀਤੀ ਰਾਤ ਉਸਦੀ ਭੈਣ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਹੈ। ਤਾਏ ਦੀ ਲੜਕੇ ਕਮਲਜੀਤ ਕੌਰ ਸੀਗਾ ਜੀ। ਪੂਰੀ ਘਟਨਾ ਜੀ ਦਾਰੂ ਦੂਰੂ ਦੇ ਨਸ਼ੇ 'ਚ ਬਾਈ ਨੇ ਸੱਟ ਮਾਰੀ ਆ ਉਹਦੇ ਜੀਜੇ ਨੇ ਮੇਰੇ ਨੇ ਅਤੇ ਛੋਟਾ ਭਾਈ ਵੀ ਆਇਆ ਪਿਆ ਸੀਗਾ ਪਿੰਡ ਇੱਥੇ ਕੱਲ੍ਹ। ਉਹ ਦੂਸਰੇ ਕਮਰੇ 'ਚ ਪਏ ਸੀ, ਬਰਾਂਡੇ 'ਚ ਪਏ ਸੀਗੇ। ਉਹਨਾਂ ਨੇ ਗਲ ਗੁਲ ਦੱਬ ਲਿਆ, ਜਦੋਂ ਕੁੜੀ ਦੀ ਚੀਕ ਚੂਕ ਵੱਜੀ ਉਹ ਉੱਠ ਕੇ ਆਇਆ, ਉਦੋਂ ਉਹਨਾਂ ਨੇ ਕੁੜੀ ਮਾਰਤੀ। ਵਿਆਹ ਹੋਏ ਨੂੰ 3 ਸਾਲ ਹੋ ਗਏ। ਇੱਕ ਮੁੰਡਾ ਹੈਗਾ ਜੀ। ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਚੱਲਦਾ, ਇਹਨਾਂ ਦੀ ਜਿਹੜੀ ਛੋਟੀ ਕੁੜੀ ਆ ਉਹ ਜ਼ਿਆਦਾ ਕਲੇਸ਼ ਕਰਦੀ ਸੀ ਇਹਨਾਂ ਨਾਲ। ਉਹ ਸਾਡੀ ਕੁੜੀ ਨੂੰ ਕਹਿੰਦੀ ਮੈਂ ਤੈਨੂੰ ਘਰੋਂ ਕੱਢ ਦੂੰ, ਐਂ ਕਰ ਦੂੰ, ਬੋਲਦੀ ਪੁੱਠਾ ਇਹਦਾ। ਉਹਨੇ ਅੱਡ ਕਰਾਇਆ ਪਹਿਲਾਂ ਇਹਨਾਂ ਨੂੰ, ਪੰਚਾਇਤ ਦੇ ਵਿੱਚ ਵੀ ਨਹੀਂ ਉਹ ਮੰਨੀ, ਪੰਚਾਇਤ ਵੀ ਹੋਈ ਸੀਗੀ, ਪੰਚਾਇਤ ਦੇ ਵਿੱਚ ਵੀ ਕਹਿੰਦੀ ਮੈਂ ਇਹਨਾਂ ਨੂੰ ਘਰੇ ਹੀ ਰੱਖਣਾ। ਮੰਗ ਇਨਸਾਫ ਚਾਹੀਦਾ ਜੀ ਪਰਿਵਾਰ ਵਾਲਿਆਂ ਨੂੰ, ਵੀ ਜੋ ਵੀ ਇਹਨਾਂ ਦਾ ਬਣਦਾ ਹੱਕ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ। SHO ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਇਹ ਜੀ ਸੋਮਾ ਸਿੰਘ ਆ, ਸਨ ਆਫ ਮਹਿੰਦਰ ਸਿੰਘ ਦਾ ਵਾਸੀ ਚੁੰਗਾ ਦਾ। ਇਹਨੇ ਕੱਲ੍ਹ ਦੇਰ ਰਾਤੀ ਆਪਣੀ ਪਤਨੀ ਕਮਲਜੀਤ ਕੌਰ ਭੋਲਾ ਸਿੰਘ ਵਾਸੀ ਗੰਗਾ ਜ਼ਿਲ੍ਹਾ ਬਠਿੰਡਾ ਦਾ ਗਲਫੋੜ ਕੇ ਰਾਤੀ ਕਤਲ ਕਰ ਦਿੱਤਾ। ਇਸ ਦੇ ਸੰਬੰਧ ਵਿੱਚ ਅਸੀਂ ਲੜਕੀ ਦੇ ਭਰਾ ਬੂਟਾ ਸਿੰਘ ਦਾ ਬਿਆਨ ਦਰਜ ਕਰਕੇ FIR ਨੰਬਰ 83 ਅੰਡਰ ਸੈਕਸ਼ਨ 302 ਬਰਖਿਲਾਫ ਸੋਮਾ ਸਿੰਘ ਦੇ ਤਰ ਰਜਿਸਟਰ ਕੀਤੀ ਹੈ। ਅਗਲੀ ਤਬਦੀਲ ਅਸੀਂ ਕਰ ਰਹੇ ਹਾਂ, ਕੋਈ ਅਜੇ ਗ੍ਰਿਫਤਾਰੀ ਬਾਕੀ ਭਾਲ ਰਹੇ ਹਾਂ, ਦੋਸ਼ੀ ਭਾਲ ਜਾਂਦੇ। ਇਹਨੇ ਜੀ ਲੜਕੀ ਨੂੰ ਨੀਚੇ ਸਿੱਟ ਕੇ ਨਾ ਉਹਦਾ ਆਪਣੇ ਹੱਥਾਂ ਨਾਲ ਗਲਾ ਦਵਾ ਕੇ, ਇਹ ਮਜ਼ਦੂਰੀ ਦਾ ਕੰਮ ਕਰਦੇ ਸੀ, ਲੜਕੀ ਘਰੇਲੂ ਕੰਮ ਕਰਦੀ। ਹਾਂਜੀ, ਇਹਨੇ 2 ਸਾਲ ਦਾ ਬੱਚਾ, 3 ਸਾਲ ਪਹਿਲਾਂ ਦੀ ਮੈਰਿਜ ਹੋਈ। ਸਵੇਰਾ ਪੰਜਾਬ ਲਈ ਬਰਨਾਲਾ ਤੋਂ ਹਿਮਾਂਸ਼ੂ ਦੁਆ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।